ਕਿਸੇ ਇੱਕ ਸਿਆਣੇ ਵਿਦਵਾਨ ਦਾ ਕਥਨ ਹੈ ਕਿ ਇੱਕ ਸ਼ਬਦ ਦੇ ਲੱਚਰ ਅਤੇ ਦੂਸਰਾ ਕਲਚਰ। ਕਲਚਰ ਨਾਲ ਕੇਵਲ ਕੱਕਾ ਲੱਗਦਾ, ਲੱਚਰ ਜੇ ਕੱਕਾ ਲਾ ਦੀਏ ਤਾਂ ਪਿੱਛੇ ਰਹਿ ਜਾਂਦਾ ਲੱਚਰ। ਲੱਚਰ ਉਸ ਆਦਮੀ ਨੂੰ, ਉਸ ਇਨਸਾਨ ਨੂੰ ਕਿਹਾ ਜਾਂਦਾ ਹੈ ਜਿਹਦਾ ਜੀਵਨ ਦਾ ਮਿਆਰ ਉੱਚਾ ਨਾ ਹੋਵੇ, ਵਾਸ਼ਨਾਵਾਂ ਦੇ ਅਧੀਨ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੇ ਰਾਹਾਂ 'ਤੇ ਤੁਰਿਆ ਹੋਵੇ, ਉਹਦੀ ਜ਼ਿੰਦਗੀ ਦਾ ਉੱਚਾ ਨਿਸ਼ਾਨਾ ਨਾ ਹੋਵੇ। ਪਰ ਜੇਕਰ ਕਲਚਰ ਜਿੱਥੇ ਆ ਜਾਵੇ ਉੱਥੇ ਸੱਭਿਅਤਾ ਹੈ, ਸਮਾਜ ਵਿੱਚ ਕਿਵੇਂ ਰਹਿਣਾ ਹੈ, ਵੱਡਿਆਂ ਦਾ ਕਿਵੇਂ ਸਤਿਕਾਰ ਕਰੀਦਾ ਹੈ, ਜ਼ਿੰਦਗੀ ਪ੍ਰਤੀ ਕੀ ਮੇਰੇ ਆਪਣੇ ਫਰਜ਼ ਨੇ, ਇਹ ਸਾਰਾ ਕੁਝ ਉਸ ਕਲਚਰ ਵਿੱਚ ਆ ਜਾਂਦਾ ਹੈ। ਪਰ ਜੇਕਰ ਉਸ ਕਲਚਰ ਨਾਲੋਂ ਇੱਕ ਕੱਕਾ ਹਟਾ ਦਈਏ ਤਾਂ ਲੱਚਰ, ਬਰਬਾਦ ਇੱਕ ਭੈੜੇ ਜਿਹੇ ਆਦਮੀ ਦਾ ਚਰਿੱਤਰ ਸਾਹਮਣੇ ਆਉਂਦਾ। ਕਲਚਰ ਲੱਗ ਜਾਵੇ ਤਾਂ ਕਿਸੇ ਸਿਆਣੇ ਸੂਝਵਾਨ ਇਨਸਾਨ ਦੀ ਤਸਵੀਰ ਸਾਹਮਣੇ ਆਉਂਦੀ ਹੈ। ਸੋਚਣ ਵਾਲੀ ਗੱਲ ਹੈ, ਕਲਚਰ ਨਾਲੋਂ ਇੱਕ ਜੇ ਕੱਕਾ ਅਲੱਗ ਕੀਤਾ ਤਾਂ ਉਹ ਬੰਦੇ ਨੂੰ ਲੱਚਰ ਬਣਾ ਦਿੰਦਾ ਹੈ। ਅਤੇ ਸਤਿਗੁਰੂ ਜੀ ਨੇ ਸਾਨੂੰ, ਕਲਗੀਆਂ ਵਾਲੇ ਨੇ 5 ਕੱਕੇ ਦਿੱਤੇ ਸਨ ਕਿ ਜ਼ਿੰਦਗੀ ਅੰਦਰ 5 ਕੱਕਿਆਂ ਨੂੰ ਧਾਰਨ ਕਰਨਾ। ਜੇ 5 ਕੱਕੇ ਹਨ, ਆਪਾਂ ਜਾਣਦੇ ਹਾਂ ਕੱਕਾ ਕੰਘਾ ਹੈ, ਕੱਕਾ ਕੇਸ, ਕੱਕਾ ਕਿਰਪਾਨ, ਕੱਕਾ ਕੜਾ ਅਤੇ ਕੱਕਾ ਕਛਹਿਰਾ। 5 ਕੱਕੇ ਨਾਲ ਲੱਗ ਜਾਣ ਅਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਹੈ, ਜਿਹੜਾ 5 ਕਕਾਰਾਂ ਦਾ ਧਾਰਨਿਕ ਹੁੰਦਾ ਹੈ, ਅਸੀਂ ਉਹਨੂੰ ਸਾਰੀ ਉਸ ਦੀ ਬਾਂਹ ਪਕੜਦੇ ਹਾਂ, ਸਾਰੀ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਆਪਣੇ 'ਤੇ ਲੈਂਦੇ ਹਾਂ, ਦਰਗਾਹ ਵਿੱਚ ਲੈ ਕੇ ਜਾਣ ਦਾ ਸਤਿਗੁਰੂ ਬਚਨ ਦਿੰਦੇ ਨੇ। 5 ਕੱਕੇ ਜੇ ਨਾਲ ਜੁੜ ਜਾਣ ਤਾਂ ਜ਼ਿੰਦਗੀ ਇੰਨੀ ਸੋਹਣੀ ਪਈ, ਸਤਿਗੁਰੂ ਦੇ ਘਰ ਪ੍ਰਵਾਨ ਚੜ੍ਹਦੀ, ਦਰਗਾਹ 'ਚ ਪ੍ਰਵਾਨ ਹੋ ਜਾਈਦਾ। ਅਤੇ ਜੇਕਰ 5 ਕੱਕੇ ਨਾ ਰਹਿਣ ਤਾਂ ਜ਼ਿੰਦਗੀ ਕਾਹਦੀ ਹੈ? ਸਤਿਗੁਰੂ ਜੀ ਦਾ ਹੁਕਮ ਬਾਣੀ ਅੰਦਰ, ਜਿਸ ਜੀਵਨ ਦੇ ਅੰਦਰ ਨਾਮ ਨਹੀਂ, ਗੁਰੂ ਨਹੀਂ, ਉਹ ਜੀਵਨ ਤਾਂ 84 ਲੱਖ ਜੂਨਾਂ ਵਿੱਚ ਰੁਲਦਾ ਫਿਰਦਾ। ਕਲਚਰ ਨਾਲ ਇੱਕ ਕੱਕਾ ਲਾਇਆ ਅਤੇ ਜ਼ਿੰਦਗੀ ਮਾੜੀ, ਇਸ ਜੀਵਨ ਵਿੱਚੋਂ 5 ਕੱਕੇ ਲਾ ਦਿੱਤੇ ਜਾਣ ਅਤੇ ਜ਼ਿੰਦਗੀ ਦਾ ਕੋਈ ਮੁੱਲ ਨਹੀਂ, ਬੇਕਾਰ। ਸਤਿਗੁਰੂ ਜੀ ਨੇ ਕਿਹੜੀ ਬਖਸ਼ਿਸ਼ ਕੀਤੀ 5 ਕੱਕੇ ਦੇ ਕੇ ਸਾਨੂੰ ਦੀਨ ਦੁਨੀਆ ਦੇ ਮਾਲਕ ਦੀ ਬਾਂਹ ਪਕੜਾ ਦਿੰਦੇ ਨੇ। ਭਾਈ ਨੰਦ ਲਾਲ ਸਾਹਿਬ ਜੀ ਦਾ ਬਚਨ ਹੈ, ਨਿਸ਼ਾਨੇ ਸਿੱਖੀ ਈ 5 ਖਰਪ ਕਾਪ, ਕਾਪ ਮਤਲਬ ਕੱਕਾ, 5 ਕੱਕੇ ਖਾਨ ਹਰਗਿਜ ਨਾ ਬਾਸ਼ਦ ਈ 5 ਮੁਆਫ। ਕਹਿੰਦੇ ਜਿਹੜੇ 5 ਕਕਾਰ ਨਹੀਂ ਪੈਣ ਦਾ, ਉਹਨੂੰ ਸਤਿਗੁਰੂ ਜੀ ਕਦੇ ਨਹੀਂ ਮਾਫ਼ ਕਰਦੇ ਵੀ ਤੂੰ ਉੱਦਾਂ ਹੀ ਪ੍ਰਵਾਨ ਕਹਿ। ਕੱਛ ਕੜਾ ਕਾਰ ਤੋਂ ਕੰਘ ਬੇਦਾਂ, ਸਤਿਗੁਰੂ ਜੀ ਦਾ ਪਿਆਰਾ ਸਿੱਖ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ, ਉਹ ਕਹਿੰਦੇ ਬਿਨਾਂ ਕੇਸ ਖੇਚ ਹਸਤ ਜੁਮਲਾ ਨਿਸ਼ਾਨ। 5 ਕਕਾਰਾਂ ਤੋਂ ਬਗੈਰ ਕੋਈ ਵੀਰ ਭੈਣ ਜ਼ਿੰਦਗੀ ਨੂੰ ਸਫਲ ਨਾ ਸਮਝੇ। ਆਓ ਆਪਾਂ ਆਪਣੀ ਜ਼ਿੰਦਗੀ ਨਾਲ ਵੇਖੀਏ, 5 ਕੱਕੇ ਜੋੜੇ 5 ਕਕਾਰਾਂ ਦੇ ਧਾਰਨੀ ਹਾਂ ਜੇ ਨਹੀਂ ਹਾਂ, ਤਾਂ ਕਦੇ ਵੀ 5 ਕੱਕਿਆਂ ਨੂੰ ਆਪਣੇ ਤੋਂ ਪਰਾਂ ਨਾ ਹੋਣ ਦੇਈਏ। ਛੇਤੀ ਨਾਲ ਅੰਮ੍ਰਿਤ ਛੱਕ ਕੇ 5 ਕੱਕਿਆਂ ਦੇ ਧਾਰਨੀ ਖੋ ਕੇ ਸਤਿਗੁਰੂ ਜੀ ਨੂੰ ਆਪਣੀ ਬਾਂਹ ਪਕੜਾਈਏ।